ਪਟਿਆਲਾ ਦੇ ਪਿੰਡ ਖੇੜੀ ਵਿੱਚ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਕੁਝ ਨੌਜਵਾਨਾਂ ਨੇ ਪਿੰਡ ਵਾਸੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਲਿਆਂ ਨੇ ਸ਼ੱਕ ਹੋਣ ਤੇ ਠੱਗ ਨੌਜਵਾਨਾਂ ਨੂੰ ਦਬੋਚ ਲਿੱਤਾ ਅਤੇ ਜੰਮ ਕੇ ਛਿੱਤ ਪ੍ਰੇਰਿਤ ਕੀਤੀ। ਦਰਅਸਲ ਪਿੰਡ ਖੇੜੀ ਵਿੱਚ ਕੁਝ ਨੌਜਵਾਨ ਫਰਜ਼ੀ ਪੁਲਿਸ ਵਾਲੇ ਬਣ ਕੇ ਲੋਕਾਂ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਜਦੋਂ ਲੋਕਾਂ ਨੇ ਇਹਨਾਂ ਨੂੰ ਆਈ ਕਾਰਡ ਵਿਖਾਉਣ ਲਈ ਕਿਹਾ ਤਾਂ ਇਹਨਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਦਬੋਚ ਲਿੱਤਾ ਅਤੇ ਛਿੱਤ ਪ੍ਰੇਰਿਤ ਕਰ ਦਿੱਤੀ। ਬਾਅਦ ਵਿੱਚ ਲੋਕਾਂ ਨੇ ਇਹਨਾਂ ਠੱਗਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਮੁਤਾਬਕ ਇਹ ਲੋਕ ਨਕਲੀ ਪੁਲਿਸ ਵਾਲੇ ਬਣ ਕੇ ਲੁੱਟ ਖੋਹ ਕਰਨ ਦੀ ਫਿਰਾਕ ਵਿੱਚ ਸਨ, ਪਰ ਪਿੰਡ ਵਾਸੀਆਂ ਨੇ ਇਹਨਾਂ ਨੂੰ ਦਬੋਚ ਲਿੱਤਾ। ਪੁਲਿਸ ਮੁਤਾਬਕ ਉਕਤ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।